ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਦੀ ਕਿ ਰਾਤ ਦਾ ਮੌਸਮ ਅੱਜ ਕਿਵੇਂ ਰਹੇਗਾ। 7 ਜੂਨ ਸ਼ਾਮ ਦੇ 7:30 ਤੋਂ ਬਾਅਦ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ, ਕੱਲ੍ਹ ਸਵੇਰ ਤੱਕ ਦੀ ਮੌਸਮੀ ਅਪਡੇਟ। ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ। ਮੌਸਮ ਫਿਲਹਾਲ ਪੰਜਾਬ ਦਾ ਸਾਫ਼ ਠੀਕ ਠਾਕ ਬਣਿਆ ਹੈ, ਦਿਨ ਦੇ ਵੇਲੇ ਮੌਸਮ ਸਾਫ਼ ਰਿਹਾ, ਪਰ ਹੁਣ ਪੱਛਮੀ ਪਾਸੇ ਕੁਝ ਟੁੱਟਵੇਂ ਰੂਪ ਵਿੱਚ ਬੱਦਲਵਾਈ ਪੰਜਾਬ ਵਿੱਚ ਐਂਟਰ ਹੋਣੀ ਸ਼ੁਰੂ ਹੋਵੇਗੀ ਲਗਭਗ ਸ਼ਾਮ ਦੇ 8 ਵਜੇ ਦੇ ਆਸ ਪਾਸ ਤੋਂ। ਪੱਛਮੀ ਜੋ ਸਰਹੱਦੀ ਖੇਤਰ ਨੇ, ਖਾਸ ਤੌਰ 'ਤੇ ਮਾਝੇ ਦੇ ਇਲਾਕੇ ਜਿਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਸਾਹਿਬ ਦੇ ਇਲਾਕੇ ਹੋ ਗਏ, ਅਤੇ ਨਾਲ ਹੀ ਅੱਗੇ ਕੁਝ ਫਿਰੋਜ਼ਪੁਰ ਸਮੇਤ ਫਾਜ਼ਿਲਕਾ ਦੇ ਇਲਾਕੇ। ਸੋ ਇਹਨਾਂ ਭਾਗਾਂ ਦੇ ਵਿੱਚ ਬੱਦਲਵਾਈ ਆਪਾਂ ਨੂੰ ਲਗਭਗ ਸ਼ਾਮ ਦੇ 8 ਵਜੇ ਦੇ ਆਸ ਪਾਸ ਤੋਂ ਐਂਟਰ ਹੁੰਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ, ਜਿਹਦੇ ਨਾਲ ਆਉਂਦੇ 2-4 ਘੰਟਿਆਂ ਦੇ ਵਿੱਚ, ਯਾਨੀ ਕਿ ਕਹਿ ਦਈਏ ਵੀ ਰਾਤ ਦੇ ਪਹਿਲੇ ਘੰਟਿਆਂ ਤੋਂ ਲੈ ਕੇ ਅੱਧੀ ਰਾਤ 12-1-2 ਵਜੇ ਤੱਕ ਆਪਾਂ ਨੂੰ ਇਹ ਬੱਦਲਵਾਈ ਪੰਜਾਬ ਵਿੱਚ ਅੱਗੇ ਵੱਧਦੀ ਹੋਈ ਦੇਖਣ ਨੂੰ ਮਿਲੂਗੀ, ਜਿਹਦੇ ਨਾਲ ਬੱਦਲਾਂ ਦੀ ਗਰਜ ਚਮਕ, ਹਨੇਰੀ ਦੇ ਚਾਂਸ ਬਣ ਸਕਦੇ ਨੇ, ਤੇਜ਼ ਹਵਾਵਾਂ ਚੱਲ ਸਕਦੀਆਂ, ਧੂੜ ਭਰੀਆਂ, ਅਤੇ ਨਾਲ ਮੀਂਹ ਦੇ ਛਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਕਈ ਹਿੱਸਿਆਂ ਦੇ ਵਿੱਚ। ਹਾਲਾਂਕਿ ਮੀਂਹ ਦੀ ਸੰਭਾਵਨਾ ਜ਼ਿਆਦਾ ਨਹੀਂ ਆ, ਪਰ ਫਿਰ ਵੀ ਛੋਟੇ ਮੋਟੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਮੀਂਹ ਦੇ ਤੇਜ਼ ਛਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ। ਕੁਝ ਭਾਗਾਂ ਵਿੱਚ ਥੋੜ੍ਹੀ ਬਹੁਤ ਮੀਂਹ, ਕੁਝ ਇਲਾਕਿਆਂ ਵਿੱਚ 15-20 ਮਿੰਟ ਦੇ ਤਕੜੇ ਸਵੈਲ ਵੀ ਲੱਗ ਸਕਦੇ ਨੇ। ਅਤੇ ਇਸ ਤੋਂ ਬਾਅਦ ਸਰਹੱਦੀ ਖੇਤਰਾਂ ਤੋਂ ਬਾਅਦ ਮਾਝੇ ਤੋਂ ਬਾਅਦ ਦੁਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਾਲ ਲੱਗਦੇ ਮਾਲਵੇ ਦੇ ਵਿੱਚ, ਮੋਗੇ ਜ਼ਿਲ੍ਹੇ ਦੇ ਬਰਨਾਲੇ ਦੇ ਇਲਾਕੇ ਹੋ ਗਏ, ਲੁਧਿਆਣੇ ਦੇ ਇਲਾਕੇ ਹੋ ਗਏ, ਅਤੇ ਇਹ ਸਾਰੇ ਇਲਾਕੇ ਦੇ ਵਿੱਚ ਕਵਰ ਹੋਣਗੇ। ਅਤੇ ਬਾਕੀ ਜਿਉਂ ਜਿਉਂ ਸਮਾਂ ਅੱਗੇ ਰਾਤ ਵੱਲ ਵਧੇਗਾ, ਅੱਧੀ ਰਾਤ ਦੇ ਕਰੀਬ ਤਾਂ ਇਹ ਬੱਦਲ ਪੱਛਮ ਤੋਂ ਪੂਰਬ ਦੇ ਇਲਾਕਿਆਂ ਨੂੰ ਕਵਰ ਕਰਦੇ ਹੋਏ ਅੱਗੇ ਵਧਣਗੇ, ਅਤੇ ਬਾਕੀ ਰਹਿੰਦੇ ਇਲਾਕਿਆਂ ਤੋਂ ਵਿੱਚ ਨਵਾਂ ਸ਼ਹਿਰ ਤੋਂ ਬਾਅਦ ਆਪਣੇ ਚੰਡੀਗੜ੍ਹ, ਮੋਹਾਲੀ, ਕੁਰਾਲੀ ਦੇ ਇਲਾਕੇ, ਬਰਿੰਡਾ ਹੋ ਗਿਆ, ਅਤੇ ਨੰਗਲ, ਅਨੰਦਪੁਰ ਸਾਹਿਬ ਦੇ ਆਸ ਪਾਸ ਦੇ ਇਲਾਕੇ ਹੋ ਗਏ, ਅਤੇ ਉਸ ਤੋਂ ਬਾਅਦ ਚੰਡੀਗੜ੍ਹ ਸਾਈਡ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਇਲਾਕੇ, ਪਟਿਆਲੇ ਦੇ ਹੋ ਗਏ, ਮਲੇਰਕੋਟਲਾ, ਧੂਰੀ, ਸੰਗਰੂਰ ਦੇ ਆਸ ਪਾਸ ਦੇ ਇਲਾਕੇ ਹੋ ਗਏ, ਅਤੇ ਇਹਨਾਂ ਭਾਗਾਂ ਵਿੱਚ ਵੀ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਬੱਦਲ, ਯਾਨੀ ਕਿ ਅੱਧੀ ਰਾਤ ਦੇ ਆਸ ਪਾਸ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲੂਗੀ। ਤੇਜ਼ ਹਵਾਵਾਂ ਚੱਲ ਸਕਦੀਆਂ ਨੇ, ਹਵਾਵਾਂ ਚੱਲਣ ਦੇ ਚਾਂਸ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹੋਣਗੇ, ਪਰ ਮੀਂਹ ਦੀ ਸੰਭਾਵਨਾ ਸਾਰੇ ਇਲਾਕਿਆਂ ਵਿੱਚ ਨਹੀਂ, ਟੁੱਟਵੇਂ ਰੂਪ ਵਿੱਚ, ਪੈਚੀ ਰੂਪ ਵਿੱਚ ਹੀ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਕੁਝ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲਣਗੀਆਂ। ਸਾਰੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ, ਅਤੇ ਜਿਹੜੇ ਖਾਸ ਇਲਾਕੇ ਜਿਵੇਂ ਮਾਨਸਾ, ਬਠਿੰਡਾ ਹੋ ਗਿਆ, ਅਤੇ ਨਾਲ ਸੰਗਰੂਰ ਦੇ ਹਿੱਸੇ ਹੋ ਗਏ, ਖਾਸ ਜਿਹੜੇ ਹਰਿਆਣੇ ਦੇ ਨੇੜਲੇ ਇਲਾਕੇ ਨੇ, ਇਹਨਾਂ ਭਾਗਾਂ ਵਿੱਚ ਅਜਿਹੀ ਸੰਭਾਵਨਾ ਹੋਣ ਦੀ, ਮੀਂਹ ਦੇ ਜਾਂ ਬੱਦਲਵਾਈ ਦੀ ਹਲਚਲ ਹਾਲੇ ਘੱਟ ਹੈ, ਪਰ ਅੱਧੀ ਰਾਤ ਤੋਂ ਬਾਅਦ, ਯਾਨੀ ਕਿ 11-12 ਵਜੇ ਦੇ ਆਸ ਪਾਸ ਤੋਂ ਬਾਅਦ ਆਪਾਂ ਨੂੰ ਮੌਸਮੀ ਹਲਚਲ ਇਹਨਾਂ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ। ਕੁੱਲ ਮਿਲਾ ਕੇ ਬੱਦਲਵਾਈ ਲਗਭਗ ਸਾਰੇ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ, ਜਿਹਦੇ ਨਾਲ ਹਵਾਵਾਂ ਜ਼ਿਆਦਾਤਰ ਹਿੱਸਿਆਂ ਵਿੱਚ ਰਹਿਣਗੀਆਂ, ਅਤੇ ਮੀਂਹ ਦੀ ਸੰਭਾਵਨਾ ਜਿਵੇਂ ਦੱਸਿਆ ਕਿ ਘੱਟ ਦੇਖਣ ਨੂੰ ਮਿਲੂਗੀ, ਕਈ ਭਾਗਾਂ ਵਿੱਚ ਮੀਂਹ ਪਵੇਗਾ, ਕੁਝ ਇਲਾਕੇ ਖੁਸ਼ਕ ਵੀ ਰਹਿਣਗੇ। ਰਾਤ ਦਾ ਟੈਂਪਰੇਚਰ ਇਸ ਬੱਦਲਵਾਈ ਹਵਾਵਾਂ ਕਰਕੇ ਪਿਛਲੇ ਦਿਨ ਰਾਤਾਂ ਨਾਲੋਂ 2-3 ਡਿਗਰੀ ਘੱਟ, ਯਾਨੀ ਕਿ 27-28 ਡਿਗਰੀ ਦੇ ਆਸ ਪਾਸ ਰਹੇਗਾ। ਬਾਕੀ ਜੋ ਕੱਲ੍ਹ ਸਵੇਰ ਦੀ ਅਪਡੇਟ ਆ, ਉਹ ਕੱਲ੍ਹ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ।